ਸ਼ਾਲਮਾਰ ਕੇ ਭੱਜਦਾ ਹੋਇਆ ਇੱਕ ਸੋਸ਼ਲ ਮੀਡੀਆ ਪ੍ਰਮੋਟਰ ਹੈ ਜਿਸ ਤੇ ਕੁਝ ਬਦਮਾਸ਼ਾਂ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਆਪਣੀ ਜਾਨ ਬਚਾਉਣ ਦੇ ਲਈ ਇਸ ਸੋਸ਼ਲ ਮੀਡੀਆ ਪ੍ਰਮੋਟਰ ਨੇ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਹਾਲਾਂਕਿ ਇਸ ਦੌਰਾਨ ਇਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਨੇ, ਪਰ ਫਿਰ ਵੀ ਇਹ ਭੱਜਣ 'ਚ ਆਪਣੀ ਜਾਨ ਬਚਾਉਣ 'ਚ ਕਾਮਯਾਬ ਰਿਹਾ। ਇਹ ਮਾਮਲਾ ਖੰਨਾ ਦੀ ਐਜੂਕੇਸ਼ਨ ਹੱਬ GTB ਮਾਰਕੀਟ ਦਾ ਹੈ ਜਿੱਥੇ ਇੱਕ ਸੋਸ਼ਲ ਮੀਡੀਆ ਪ੍ਰਮੋਟਰ ਦੇ ਉੱਤੇ ਹਮਲਾ ਹੋਇਆ ਹੈ। ਦਰਅਸਲ ਇਸ ਸੋਸ਼ਲ ਮੀਡੀਆ ਪ੍ਰਮੋਟਰ ਦਾ ਨਾਮ ਦਲਜੀਤ ਸਿੰਘ ਹੈ, ਜਿਸ ਨੇ ਇੱਕ ਨਵੀਂ ਬਾਈਕ ਖਰੀਦੀ ਸੀ ਜੋ ਉਸਨੂੰ ਪਸੰਦ ਨਹੀਂ ਆਈ। ਜਦੋਂ ਉਸਨੇ ਬਾਈਕ ਵਾਪਸ ਕਰਨ ਦੀ ਗੱਲ ਕੀਤੀ ਤਾਂ ਜਿਨ੍ਹਾਂ ਤੋਂ ਬਾਈਕ ਖਰੀਦੀ ਉਹਨਾਂ ਹੀ ਲੜਕਿਆਂ ਦੇ ਵੱਲੋਂ ਦਲਜੀਤ ਸਿੰਘ ਨੂੰ ਬੁਲਾਇਆ ਜਾਂਦਾ ਹੈ ਅਤੇ ਫਿਰ ਉਸਨੂੰ ਤਹਿਸੀਲ ਕੰਪਲੈਕਸ 'ਚ ਲਿਜਾ ਕੇ ਉਸ ਨਾਲ ਹੱਥੋਂ ਪਾਈ ਕੀਤੀ ਜਾਂਦੀ ਹੈ। ਇਹਨੇ 'ਚ ਹੀ ਕੁਝ ਹੋਰ ਬਦਮਾਸ਼ ਉੱਥੇ ਤੇਜ਼ਧਾਰ ਹਥਿਆਰ ਲੈ ਕੇ ਆਉਂਦੇ ਨੇ ਤਾਂ ਦਲਜੀਤ ਸਿੰਘ ਇਹ ਦੇਖ ਕੇ ਕੰਪਲੈਕਸ ਦੀ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੰਦਾ ਹੈ, ਜਿਸ ਦੀ ਇਹ CCTV ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਛਾਲ ਮਾਰਨ ਤੋਂ ਬਾਅਦ ਇਹ ਲੰਗੜਾ ਕੇ ਉੱਥੋਂ ਦੌੜਦਾ ਹੋਇਆ ਨਜ਼ਰ ਆਉਂਦਾ ਹੈ। ਦਰਅਸਲ ਇੱਥੋਂ ਛਾਲ ਮਾਰਨ ਤੋਂ ਬਾਅਦ ਦਲਜੀਤ ਸਿੰਘ ਦੀਆਂ ਦੋਨੋਂ ਹੀ ਲੱਤਾਂ ਟੁੱਟ ਗਈਆਂ ਨੇ, ਪਰ ਫਿਰ ਵੀ ਉਹ ਆਪਣੀ ਜਾਨ ਬਚਾਉਣ ਦੇ ਵਿੱਚ ਕਾਮਯਾਬ ਰਿਹਾ ਹੈ। ਦਲਜੀਤ ਸਿੰਘ ਦੇ ਵੱਲੋਂ ਕੁਝ ਹਮਲਾਵਰਾਂ ਦੇ ਨਾਮ ਵੀ ਦੱਸੇ ਗਏ ਨੇ ਤੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਉਧਰ ਪੁਲਿਸ ਦੇ ਵੱਲੋਂ ਵੀ ਜਾਂਚ ਪੜਤਾਲ ਦੀ ਤੇ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ। ਰਿਕਾਰਡਿੰਗ ਹੋਈ ਜੀ, ਮੇਰੇ ਮਗਰ 5-7 ਮੁੰਡੇ ਸੀਗੇ ਜੀ, ਜਿਨ੍ਹਾਂ ਦਾ ਲਾਡੀ ਚੀਮਾ ਸੀਗਾ, ਇੱਕ ਮੁੰਡਾ ਧੰਮਾ ਸੀਗਾ, ਬਾਕੀ ਅਣਪਛਾਤੇ ਮੁੰਡੇ ਸੀਗੇ। ਗੱਲਬਾਤ ਕੀ ਤੁਹਾਨੂੰ ਛਾਲ ਮਾਰਨੀ ਪੈ ਗਈ? ਗੱਲਬਾਤ ਛਾਲ ਮਾਰਨੀ ਇਹ ਪੈ ਗਈ ਸੀਗੀ, ਮੈਨੂੰ ਨਾ ਉਹ ਕਹਿੰਦੇ ਸੀਗੇ ਵੀ ਜਿਹੜੀ ਮੇਰੇ ਸਾਡੇ ਕੋਲ ਬੈਗ ਆ ਉਹ ਮੈਨੂੰ ਦੇ ਰਹੇ ਸੀਗੇ ਧੱਕੇ ਨਾਲ ਜੀ, ਅਤੇ ਮੈਨੂੰ ਉਹ ਬੈਗ ਪਸੰਦ ਨਹੀਂ ਸੀ, ਮੈਂ ਲੈਣਾ ਨਹੀਂ ਸੀ ਜੀ ਉਹਦਾ, ਅਤੇ ਮੈਂ ਪੰਜਾਬ ਮੋਟਰਸਾਈਕਲਾਂ 'ਤੇ ਗਿਆ ਸੀਗਾ ਅਤੇ ਉਹਨਾਂ ਨੇ ਕਿਹਾ ਵੀ ਇੱਥੇ ਆ ਕੇ ਬਾਈਕ ਲੈ ਜਾ। ਚਲੋ ਮੈਂ ਉਹਨਾਂ ਨਾਲ ਗਿਆ ਅਤੇ ਮੈਨੂੰ ਧੱਕੇ ਨਾਲ ਕਚਹਿਰੀਆਂ 'ਚ ਲੈ ਗਏ, ਉੱਥੇ ਜਾ ਕੇ ਕਚਹਿਰੀਆਂ 'ਚ ਮੇਰੇ ਨਾਲ ਧੱਕਾਸ਼ਾਹੀ ਕੀਤੀ ਇਹਨਾਂ ਨੇ 7-8 ਜਣਿਆਂ ਨੇ, ਅਤੇ ਉਸ ਤੋਂ ਬਾਅਦ ਮੁੜ ਅਸੀਂ GT ਮਾਰਕੀਟ 'ਚ ਆ ਗਏ। GT ਮਾਰਕੀਟ ਦੇ ਵਿੱਚ ਆ ਕੇ ਮੇਰੇ ਨਾਲ ਫਿਰ ਉੱਥੇ ਧੱਕਾ ਮੁੱਕੀ ਕੀਤੀ, ਫਿਰ ਮੇਰੇ ਮਗਰ ਪੈ ਗਏ, ਫਿਰ ਮੈਨੂੰ ਉੱਥੇ ਛਾਲ ਮਾਰਨੀ ਪੈ ਗਈ। ਛਾਲ ਮਾਰਨ ਲਈ ਕਿਉਂ ਮਜਬੂਰ ਹੋਏ? ਕਿ ਉਹਨਾਂ ਕੋਲ ਕੋਈ ਹਥਿਆਰ ਸੀਗੇ? ਹਾਂਜੀ, ਜਿਹੜੇ ਬਾਕੀ ਸਾਥੀ ਸੀ ਉਹਨਾਂ ਕੋਲ ਹੈਗੇ ਸੀਗੇ ਦਾਅ ਵਗੈਰਾ ਸੀਗੇ। ਤੁਹਾਨੂੰ ਕੀ ਲੱਗਿਆ ਕਿ ਛਾਲ ਮਾਰਨੀ ਪੈ ਗਈ? ਮੈਨੂੰ ਇੱਦਾਂ ਸੀ ਕਿ ਵੀ ਮੈਨੂੰ ਮਾਰ ਦੇਣਗੇ, ਮੈਂ ਕਿਹਾ ਛਾਲ ਮਾਰ ਕੇ ਸ਼ਾਇਦ ਬਚ ਜਾਊਂਗਾ। ਕਿੰਨੀ ਕੁ ਉਚਾਈ ਤੋਂ ਛਾਲ ਮਾਰਨੀ? ਤਕਰੀਬਨ 1 ਮੰਜ਼ਿਲ ਸੀਗੀ ਜੀ। ਅਤੇ ਹੁਣ ਕਿੰਨੀ ਸੱਟ ਲੱਗੀ? ਕੀ ਡਾਕਟਰਾਂ ਨੇ ਕਿਹਾ ਤੁਹਾਨੂੰ? ਦੋਨੇ ਪੈਰ ਕਰੈਕ ਹੋ ਗਏ ਜੀ। ਕੀ ਮੰਗ ਕਰਦੇ ਹੋ ਪੁਲਿਸ ਤੋਂ? ਮੈਂ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ, ਬਾਕੀ ਤੁਹਾਨੂੰ ਪਤਾ ਹੀ ਵੀ ਜੀ। ਤੁਹਾਨੂੰ ਐਡਮਿਟ ਕਿਹਨੇ ਕਰਾਇਆ ਇੱਥੇ? ਪ੍ਰਗਟ ਸਿੰਘ ਨੇ ਜੀ, VG ਨੇ। ਇਹ ਕੌਣ ਨੇ ਜੀ? ਇਹ ਪੁਲਿਸ ਡਿਪਾਰਟਮੈਂਟ ਖਾਸ ਕਾਂਸਟੇਬਲ ਨੇ ਜੀ। ਤੁਸੀਂ GT ਮਾਰਕੀਟ ਵਿੱਚ ਕੀ ਕੰਮ ਕਰਦੇ ਹੋ? ਮੈਂ ਜੀ ਸੋਸ਼ਲ ਮੀਡੀਆ ਦਾ ਵੀ ਹੈ ਜੀ, ਆਪਣੇ ਕੋਲ ਮਾਈਲਟਸ ਵੀ ਕੰਮ ਕਰਦਾ ਜੀ। ਸਾਨੂੰ ਟੈਲੀਫੋਨ ਆਇਆ ਸੀ ਆਪਣੇ GTV ਮਾਰਕੀਟ ਤੋਂ ਵੀ ਉੱਥੇ ਬੰਦੇ ਨੇ ਛਾਲ ਮਾਰੀ, ਜ਼ਖਮੀ ਹਾਲਤ ਵਿੱਚ ਪਿਆ। ਮੈਂ ਫਿਰ ਪੁਲਿਸ ਪਾਰਟੀ ਨੂੰ ਲੈ ਕੇ ਮੌਕੇ 'ਤੇ ਗਿਆ ਸੀਗਾ, ਉਹਨੂੰ ਜ਼ਖਮੀ ਨੇ ਹਸਪਤਾਲ ਦਾਖਲ ਕਰਾਇਆ ਸੀ। ਉਹ ਦਲਜੀਤ ਸਿੰਘ ਨਾਂ ਦਾ ਮੁੰਡਾ ਹੈਗਾ, 29 ਉਮਰ ਆ ਉਹਦੀ। ਉਹਨੇ ਦੱਸਿਆ ਵੀ ਮੋਟਰਸਾਈਕਲ ਦੇ ਕਰਕੇ ਉਹਦਾ ਝਗੜਾ ਹੋਇਆ ਸੀ, ਵੀ ਵੇਚਣ ਖਰੀਦਣ ਸੰਬੰਧੀ ਮੁੰਡਿਆਂ ਦੇ ਨਾਲ ਉਹ ਜਦੋਂ ਹੱਥੋਂ ਪਾਈ ਹੋ ਰਹੇ ਸੀ, ਉਹ ਭੱਜ ਲਿਆ। ਉਹਨੇ ਕੋਠੇ ਤੋਂ ਉਹਨੇ ਛਾਲ ਮਾਰਤੀ ਬਚਾਓ ਵਾਸਤੇ, ਆਪਣੇ ਵਾਸਤੇ ਕੁੱਟਮਾਰ ਤੋਂ ਡਰਦੇ ਨੇ। ਉਹਦੇ ਗਿੱਟੇ ਫ੍ਰੈਕਚਰ ਹੋਏ ਨੇ, ਉਹਨੂੰ ਇਲਾਜ ਰਹੀ ਸੀ, ਉਹਦਾ ਦਾਖਲ ਕਰਾਇਆ ਗਿਆ। ਜਦੋਂ ਵੀ ਜੋ ਵੀ ਬਿਆਨ ਦਊਗਾ ਉਹਦੇ ਹਿਸਾਬ ਨਾਲ ਅਸੀਂ ਕਾਰਵਾਈ ਕੀਤੀ ਜਾਊਗੀ।